सनहारा मैं पापी तो बगसनहारा ओते लग जा लड़ बंदिया पानी गुरु दी अमृत वेले मन चित लागे पड़ बंदिया वाणी गुरु दी अमृत वेले सुभाताए रावण वर के हंकारी
ਤੈਨੂੰ ਅਰਸੋ ਫਰਸ਼ ਤੇ ਮਾਰਦਾ ਏ ਓਏ ਤਿਲਕਣ ਵਾਲੀ ਦੁਨੀਆਂ ਦੇ ਵਿੱਚ ਤਿਲਕਣ ਵਾਲੀ ਦੁਨੀਆਂ ਦੇ ਵਿੱਚ ਪੈਰ ਸੰਭਲ ਕੇ ਤਾਰੇ ਬੰਦਿਆ ਅੰਮ੍ਰਿਤ ਵੇਲੇ ਵਨਾ ਕਰਨ ਹਾਲੇ ਕਰੂ ਗੁਰਬਾਣੀ ਫਿਰ ਤੇ ਵਿੱਚ ਬਸਾਵੇਂਗਾ ਦਰ ਦਰ ਠੋਕਰੀ ਖਾਣ ਤੋਂ ਮੁਕਤੀ ਮਿਲਜੂ ਨਹੀਂ ਬਚਤਾਵੇਗਾ ਓਏ ਭੁੱਲਿਆ ਫਿਰਦਾ ਹੈ ਜਿਹੜੀ ਥਾਨੂੰ ਭੁੱਲਿਆ ਫਿਰਦਾ ਹੈ ਜਿਹੜੀ ਥਾਨੂੰ ਇਹ ਹੈ ਅਸਲੀ ਘਰ ਬੰਦਿਆ ਵਾਣੀ ਗੁਰੂ ਦੀ ਅੰਮ੍ਰਿਤ ਵੇਲੇ ਮੱਚ ਤਲਾ ਕੇ ਪੜ ਬੰਦਿਆ ਵਾਣੀ ਗੁਰੂ ਦੀ ਅੰਮ੍ਰਿਤ ਵੇਲੇ ਪਰਮ ਸਤਿਕਾਰਯੋਗ ਗੁਰੂ ਮਹਾਰਾਜ ਦੇ ਸਾਜਨ ਬਾਜੀ ਸਤ ਸੰਗਤ ਜੀਓ ਆਓ ਬੜੇ ਹੀ ਧੰਨਤਾ ਦੇ ਯੋਗ ਹੋ ਸੁਭਾਗੇ ਹੋ ਵਧਾਈ ਦੇ ਪਾਤਰ ਹੋ ਜੋ ਕਿ ਸਾਲਾਨਾ ਜੋੜ ਮੇਲੇ ਨੂੰ ਮੁੱਖ ਰੱਖਦੇ ਹੋਇਆ ਬੜੇ ਹੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਸਮਾਗਮ ਦੀਆਂ ਰੌਣਕਾਂ ਨੂੰ ਵਧਾ ਰਹੇ ਹੋ ਹਾਜ਼ਰੀਆਂ ਲਵਾ ਰਹੇ ਹੋ ਗੁਰੂ ਸਾਹਿਬ ਦਾ ਜਸ ਗੁਰਬਾਣੀ ਇਤਿਹਾਸ ਸਰਵਣ ਕਰ ਰਹੇ ਹੋ ਸਿਧਾਂਤਾਂ ਦੇ ਯੋਗ ਹੋ ਕਿਉਂਕਿ ਐਸਾ ਸੁਭਾਗਾ ਸਮਾਂ ਭਾਗਾਂ ਵਾਲਿਆਂ ਦੇ ਹਿੱਸੇ ਵਿੱਚ ਆਉਂਦਾ ਹੈ ਸਤਿਗੁਰੂ ਜੀ ਬਾਣੀ ਵਿੱਚ ਬਰਮਾਉਂਦੇ ਹਨ ਬਟ ਭਾਗੀ ਹਰ ਸੰਗਤ ਪਾਵ ਹੈ ਭਾਗਹੀਨ ਬ੍ਰਹਮ ਚੋਟਾ ਖਾਵ ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਪ੍ਰੀਜਾ ਜੀ ਆਪ ਸੰਗਤਾ ਬੜਾ ਹੀ ਧੰਤਾ ਦੇ ਯੋਗ ਹੋ ਆਓ ਇੱਕ ਵਾਰੀ ਦਸਣਾ ਨੂੰ ਕਰੀਏ ਪੁੱਤਰ ਗੱਜ ਕੇ ਬੁਲਾਈਏ ਪੁੱਤਰ ਦੋਨੇ ਹੱਥ ਜੋੜ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਝੁਕਾ ਕੇ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਮਾਂ ਸੀਮਿਤ ਆ ਇੱਕੋ ਹੀ ਗੱਲ ਕਹਿ ਕੇ ਜੱਜ ਖੋਜਣਾ ਸਾਡੇ ਤੋਂ ਪਹਿਲਾਂ ਭਾਈ ਸਾਹਿਬ ਭਾਈ ਸੁਖਚੈਨ ਸਿੰਘ ਜੀ ਸਾਹਿਬ ਜੀ ਨੇ ਜੋ ਕਿ ਆਪ ਸੰਗਤਾਂ ਦੇ ਨਾਲ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚੋਂ ਕੁਝ ਕੁ ਵਿਚਾਰਾਂ ਕਵਿਤਾ ਸਰਵਣ ਕਰਾ ਕੇ ਗਿਆ ਆਓ ਉਸ ਲੜੀ ਨੂੰ ਅੱਗੇ ਤੋਰੀਏ ਕਿਉਂਕਿ ਦੁਨੀਆਂ ਦੇ ਵਿੱਚ ਬਲਕਿ ਪੂਰੇ ਹਿੰਦੁਸਤਾਨ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਕੋਨੇ ਕੋਨੇ ਤੇ ਮਨਾਇਆ ਜਾ ਰਿਹਾ ਹੈ ਆਓ ਉਸ ਲੜੀ ਨੂੰ ਅੱਗੇ ਤੋਰੀਏ ਜਿਸ ਸਮੇਂ ਦਾਈ ਦੌਲਤਾਂ ਨੇ ਆਪ ਸੰਗਤਾਂ ਨੇ ਸਰਵਣ ਕੀਤਾ ਹੈ ਬਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕੀਤੇ ਤੇ ਆ ਕੇ ਕੁੜੀਆਂ ਨੂੰ ਦੱਸ ਰਹੀ ਹੈ ਕਿ ਬਾਲਕ ਤਾਂ ਕਿ ਮੈਂ ਕਈ ਹਜ਼ਾਰੀ ਦੇਖੇ ਨੇ ਪਰ ਇਸ ਬਾਲਕ ਦੀ ਜੋਤ ਜੋ ਨਿਰਾਲੀ ਆ ਅਲੇਹੀ ਨੂਰ ਅਨੋਖੀ ਸ਼ਕੀਰ ਦੇ ਮਾਲਕ ਹੈ ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਦੋਂ ਅਵਤਾਰ ਹੋਇਆ ਨਾ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਜੋ ਕਰ ਸੂਰਜ ਛਿਪਿਆ ਤਾਰੇ ਸੁਪ ਅੰਧੇਰ ਭੁਲਾ ਦੁਨੀਆਂ ਦਾ ਇੱਕਦਮ ਹਨੇਰਾ ਦੂਰ ਹੋ ਗਿਆ ਸੀ ਕਿਉਂਕਿ ਬਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਪਨ ਤੋਂ ਹੀ ਪ੍ਰਭੂ ਦੇ ਰੰਗਾਂ ਦੇ ਵਿੱਚ ਰੰਗੇ ਹੋਏ ਸਨ ਕੁਝ ਸਮਾਂ ਲੰਘਿਆ ਮਾਤਾ ਦੀ ਗੋਂ ਦਾ ਨਿੱਘ ਮਾਨਣ ਉਪਰੰਤ ਚੱਲਣ ਫਿਰਨ ਲੱਗੇ 7 ਸਾਲ ਦੀ ਉਮਰ ਹੋਈ ਪਿਤਾ ਮਹਿਤਾ ਕਾਲੂ ਨੇ ਪੰਡਿਤ ਪਾਂਧੇ ਕੋਲ ਪੜ੍ਹਨੇ ਪਾ ਦਿੱਤਾ ਜਿੱਥੋਂ ਹਿਸਾਬ ਅਤੇ ਹਿੰਦੀ ਭਾਸ਼ਾ ਗ੍ਰਹਿਣ ਕੀਤੀ 13 ਸਾਲ ਦੀ ਉਮਰ ਦੇ ਵਿੱਚ ਫਾਰਸੀ ਭਾਸ਼ਾ ਮੌਲਵੀ ਕੁਤਬਉਦੀਨ ਕੋਲੋਂ ਪ੍ਰਾਪਤ ਕੀਤੀ ਤੇ ਪੰਡਿਤ ਬਿਰਜ ਲਾਲ ਕੋਲੋਂ ਸੰਸਕ੍ਰਿਤ ਭਾਸ਼ਾ ਪ੍ਰਾਪਤ ਕੀਤੀ ਧੰਨ ਗੁਰੂ ਨਾਨਕ ਦੇਵ ਜੀ ਵਿੱਦਿਆ ਪ੍ਰਾਪਤੀ ਵਿੱਚ ਆਮ ਬੱਚਿਆਂ ਨਾਲੋਂ ਬੜੇ ਹੁਸ਼ਿਆਰ ਸਨ ਕਿਉਂਕਿ ਜਦੋਂ ਵੀ ਉਸ ਸਮੇਂ ਤੇ ਪਾਂਧੇ ਟੀਚਰ ਅਧਿਆਪਕ ਬਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਪ੍ਰਭੂ ਚਰਚਾ ਕਰਿਆ ਕਰਦੇ ਸਨ ਤਾਂ ਉਹਨਾਂ ਦੇ ਮੁਖਾਰਬਿੰਦ ਤੋਂ
ਇੰਨੀ ਛੋਟੀ ਉਮਰ ਦੇ ਵਿੱਚ ਵੱਡੇ ਵੱਡੇ ਵਿਚਾਰ ਸੁਣ ਕੇ ਦੰਗ ਰਹਿ ਜਾਇਆ ਕਰਦੇ ਸਨ, ਸਿਰ ਝੁਕਾ ਲੈਂਦੇ ਸਨ, ਨੀਵੀਆਂ ਪਾ ਲੈਂਦੇ ਸਨ, ਹੈਰਾਨ ਹੋ ਜਾਇਆ ਕਰਦੇ ਸਨ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਪਨ ਤੋਂ ਹੀ ਪ੍ਰਭੂ ਦੇ ਰੰਗਾਂ ਦੇ ਵਿੱਚ ਰੰਗੇ ਹੋਏ ਸਨ। ਪਿਤਾ ਮਹਿਤਾ ਕਾਲੂ ਨੇ ਅਨੇਕ ਤਰ੍ਹਾਂ ਦੇ ਕੰਮ ਕਾਰ ਕਰਾਉਣੇ ਕੀਤੇ, ਜਿਵੇਂ ਉੱਥੇ ਦੁਕਾਨਦਾਰੀ, ਮੱਝੀ ਚਾਰ ਦਾ, ਹੋਰ ਛੋਟੇ ਮੋਟੇ ਕੰਮ ਕਾਰ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਪਨ ਤੋਂ ਹੀ ਪ੍ਰਭੂ ਦੇ ਰੰਗਾਂ ਦੇ ਵਿੱਚ ਰੰਗੇ ਹੋਏ ਸਨ। ਘਰੇਲੂ ਕੰਮਾਂ ਕਾਰਾਂ ਦੇ ਵਿੱਚ ਦਿਲਚਸਪੀ ਨਹੀਂ ਲੈਂਦੇ ਸਨ। ਇੱਕ ਦਿਨ ਕੀ ਹੋਇਆ, 14 ਸਾਲ ਦੀ ਉਮਰ ਹੋਈ, ਧੰਨ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਸਾਥੀ ਬਾਲੇ ਨੂੰ ਪਿਤਾ ਮਹਿਤਾ ਕਾਲੂ ਨੇ ਆਪਣੇ ਕੋਲ ਬੁਲਾਉਣਾ ਕੀਤਾ ਅਤੇ ਬੜੇ ਪਿਆਰ ਸਤਿਕਾਰ ਨਾਲ ਆਖਣ ਲੱਗੇ, ਭਾਈ ਹੁਣ ਤੁਸੀਂ ਜਵਾਨ ਹੋ ਗਏ ਹੋ, ਜਵਾਨ ਦੀ ਪੁੱਤਰ ਨੂੰ ਮਾਪੇ ਘਰੋਂ ਨਹੀਂ ਖਵਾ ਸਕਦੇ, ਹੁਣ ਤੁਸੀਂ ਕੋਈ ਐਸਾ ਕੰਮ ਕਾਰ ਕਰੋ ਜਿਹਦੇ ਵਿੱਚ ਆਪਾਂ ਨੂੰ ਵਧੀਆ ਮੁਨਾਫਾ, ਚੰਗਾ ਲਾਭ, ਚੰਗਾ ਪ੍ਰੋਫਿਟ, ਕੋਈ ਖਰਾ ਸੌਦਾ, ਸੱਚਾ ਸੌਦਾ ਕਰੋ। ਸੋ ਜੇਬ ਦੇ ਵਿੱਚੋਂ 20 ਰੁਪਈਏ ਕੱਢ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਉਹਨਾਂ ਦੇ ਸਾਥੀ ਵਾਲੇ ਨੂੰ, ਜਿਵੇਂ ਮੰਡੀ ਚੂੜ ਕਾਣੇ ਦੀ ਵੱਲ ਵਪਾਰ ਕਰਨ ਵਾਸਤੇ ਕੋਈ ਖਰਾ ਸੌਦਾ, ਸੱਚਾ ਸੌਦਾ ਕਰਨ ਵਾਸਤੇ ਭੇਜ ਰਹੇ ਨੇ, ਉਸ ਸਮੇਂ ਦਾ ਲਿਖਿਆ ਹੋਇਆ ਸਾਕਾ ਸੁਣੋ। ਸੁਖਪਾਲ ਸਿੰਘ ਸਪੈਸ਼ਲ ਲਹਿਰਾ ਤੂਰਕੋਟ ਬੀਬੇ ਦੇ ਢੱਡ ਜਿੱਤ ਕਵਿਤਾ ਹੈ ਇਹ ਦੌਰ ਰਹੇ ਨੇ।
ਉਟਕੇ ਦੇਵੇ ਪਟਵਾਰੀ ਵੀਰਾ ਪਈਏ ਕੱਟ ਕੇ ਦੇਵੇ ਪਟਵਾਰੀ ਕਵਿਤਾ ਦੇ ਸਤਿਕਾਰ ਵਿੱਚ ਬਹੁਤ ਸਾਰੀਆਂ ਗੁਰੂ ਦੀਆਂ ਸੰਗਤਾਂ ਬੀਬੀਆਂ ਭੈਣਾਂ ਵੀਰਾਂ ਬਜ਼ੁਰਗਾਂ ਵੱਲੋਂ ਸਾਰੇ ਸੇਵਾਦਾਰ ਵੱਲੋਂ ਬਹੁਤ ਸਤਿਕਾਰ ਨਾਮ ਸਤਿਗੁਰੂ ਸੱਚੇ ਪਾਤਸ਼ਾਹ ਆਪ ਜਾਣੀ ਜਾਣੇ ਜਿਹਨਾਂ ਖਜ਼ਾਨਿਆਂ ਦੇ ਵਿੱਚੋਂ ਮੈਂ ਆਈ ਹੈ ਸੱਚੇ ਪਾਤਸ਼ਾਹ ਖਜ਼ਾਨੇ ਭਰਪੂਰ ਰੱਖੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ ਕਰੇ ਸੋ ਇੰਨਾ ਕੁ ਸਮਾਂ ਮਿਲਿਆ ਸੀ ਆਪ ਸੰਗਤਾਂ ਦੀ ਸੇਵਾ ਕੀਤੀ ਹੈ ਇਸ ਤੋਂ ਅਗਲਾ ਇਤਿਹਾਸ ਜਦ ਫਿਰ ਸਮਾਂ ਮਿਲਿਆ ਫਿਰ ਸੰਗਤਾਂ ਦੇ ਨਾਲ ਸਾਂਝਾ ਕਰਾਂਗੇ ਸੋ ਇੱਥੇ ਸਮਾਪਤੀ ਭੁਲਾ ਚੁੱਕਾਂ ਦੀ ਖਿਮਾ ਬਹੁਤ ਬਹੁਤ ਧੰਨਵਾਦ ਸਮੂਹ ਸੰਗਤਾਂ ਦਾ ਸਕੱਤਰ ਸਾਹਿਬਾਨ ਸਮੁੱਚੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਇਸ ਸਨਮਾਨਿਤ ਤੁਹਾਡੇ ਨਾਲ ਪਿਆਰ ਸਤਿਕਾਰ ਸਮਾਂ ਦੇ ਕੇ ਨਿਵਾਜਿਆ ਹੈ ਹਾਜ਼ਰੀ ਲਵਾਉਣ ਦਾ ਮੌਕਾ ਦਿੱਤਾ ਹੈ ਸੋ ਅਗਲਾ ਪ੍ਰੋਗਰਾਮ ਸਕੱਤਰ ਸਾਹਿਬਾਨ ਤੋਂ ਸਰਵਣ ਕਰੋ ਬਖਸ਼ ਸੁੱਟੀਆਂ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।